Yeah, uh-huh. M.C.Azad signing in. ਇਸ ਗੀਤ ਦੇ ਵਿੱਚ ਮੈਂ ਆਪਣੇ ਦੇਸ਼ ਦੇ ਉਸ ਯੂਥ ਦੀ ਗੱਲ ਕਰੂੰਗਾ ਜਿਹੜਾ ਕਿ ਨਸ਼ਿਆਂ 'ਚ ਪੈ ਚੁੱਕਿਆ। ਵੀਆਪੀ ਬੀਟਸ ਜਿਹੜੀ ਚਮਕੀਲ ਵਿੱਚ ਛੋਟੇ ਹੁੰਦੇ ਮੰਮੀ ਦਿੰਦੀ ਸੀ ਰੋਟੀ ਪਾ ਕੇ ਅੱਜ ਪੀਂਦੇ ਨੇ ਸਮਾਨ ਉਸ ਨੀਚੇ ਦਿੱਲੀ ਲਾ ਕੇ ਮੈਨੂੰ ਗੱਲ ਲੱਗੀ ਪਤਾ ਸਕੂਲ ਕਾਲਜ ਜਾ ਕੇ ਮੁੰਡੇ ਫਿਰਦੇ ਨੇ ਪੌੜ ਐਲ ਪੀਆਂ ਖਾ ਕੇ ਦਿੱਲੀਆਂ ਨੇ ਸਾੜ ਦਿੱਤਾ ਉਂਗਲਾਂ ਦਾ ਮਾਸ ਮੁੰਡੇ ਪੀਣ ਲੱਗੇ ਚਿੱਟਾ ਵਿੱਚ ਦਸਵੀਂ ਕਲਾਸ ਮੌਤ ਬੋਲੇ ਮੁੰਡਿਆਂ ਨੂੰ ਆ ਜਾਓ ਮੇਰੇ ਪਾਸ ਸਾਰੇ ਮਾਰ ਗਏ ਨੇ ਚਾਂਸ ਪਹਿਲਾਂ ਨਸ਼ਾ ਸੀ ਮੋੜਾ ਉੱਤੇ ਵਿਕਿਆ ਥੋੜੀ ਦੇਰ ਬਾਅਦ ਅਸੀਂ ਕਾਲਜਾਂ 'ਚ ਦੇਖਿਆ ਤੇ ਸਕੂਲ ਦੇ ਆ ਬੱਚਿਆਂ ਨੇ ਨਸ਼ਾ ਪੀਣਾ ਸਿੱਖਿਆ ਅੱਜ ਬੰਦੇ ਬੜੇ ਸ਼ਾਤਰ ਬੱਚਿਆਂ ਨੂੰ ਵੇਚਦੇ ਨੇ ਨਸ਼ੇ ਪੈਸੇ ਖਾਤਰ ਤਾਂ ਹੀ ਦੂਜੇ ਦਿਨ ਛੱਡ ਰਹੀ ਵਾਰਦਾਤ ਹੋ ਨਸ਼ੇ ਪਿੱਛੇ ਮੁੰਡੇ ਕਰ ਰਹੇ ਲੁੱਟ ਖੋ ਤਾਂ ਹੀ ਹਰ ਗਲੀ ਵਿੱਚ ਮੁੰਡੇ ਬੜੇ ਚੋਰ ਡਾਕੂ ਡੱਬ 'ਚ ਬੰਦੂਕਾਂ ਨਾਲ ਕਿਰ ਚਾ ਤੇ ਚਾਕੂ ਕਿਸੇ ਦਾ ਨਾਮ ਲੱਭੂ ਡੱਬੂ ਰਾਜੂ ਨਾਲ ਕਾਕੂ ਕਿਉਂ ਕਿ ਕੱਢਦੇ ਆ ਮੈਂ ਸਿੱਧਾ ਅੱਕ ਦੇਸੀ ਹੁੰਦਾ ਗੋੜ ਪਰ ਅੱਜ ਨਸ਼ਾ ਮਿੱਠਾ ਤਾਂ ਹੀ ਮੁੰਡੇ ਕਹਿੰਦੇ ਪਲਾ ਦੋ ਸਾਨੂੰ ਚਿੱਟਾ ਪਲਾ ਦੋ ਸਾਨੂੰ ਚਿੱਟਾ ਪਲਾ ਦੋ ਸਾਨੂੰ ਚਿੱਟਾ ਚੁੱਕੇ ਨਸ਼ਿਆਂ ਦੇ ਇੱਥੇ ਸਾਰੇ ਖੂਹ ਮੁੰਡੇ ਗਿਰਦੇ ਨੇ ਨਾਲੀਆਂ 'ਚ ਜਾ ਕੇ ਮੁੱਦੇ ਮੂੰਹ ਲੋਕੀ ਦੇਖਦੇ ਤਮਾਸ਼ਾ ਕਰਦੇ ਨੇ ਥੂ ਥੂ ਸੋਚ ਤੇ ਵਿਚਾਰ ਸਾਰੇ ਹੋ ਚੁੱਕੇ ਰੱਦ ਹੁਲੀਆ ਖਰਾਬ ਨਾਲੇ ਹੋ ਗਈ ਇਹ ਤਾਂ ਹੱਦ 40 ਕਿਲੋ ਵੇਟ ਸਾਡੇ 5 ਫੁੱਟ ਕੱਦ ਹੁੰਦੇ ਨੀ ਬੱਚੇ ਪੈਦਾ ਵਿਆਹ ਹੋਣ ਜਦ ਇਹ ਤੋਂ ਜ਼ਿਆਦਾ ਵੱਧ ਸਾਡੀ ਹੋ ਚੁੱਕੀ ਲੱਸੀ ਮੁੰਡੇ ਬਣ ਚੁੱਕੇ ਖੱਸੀ ਤਾਂ ਹੀ ਦੁਨੀਆ ਤਮਾਮ ਅੱਜ ਤੁਹਾਡੇ ਉੱਤੇ ਹੱਸੀ ਇਹ ਹੈ ਨੀ ਮਜ਼ਾਕ ਮੈਂ ਦੱਸ ਰਿਹਾ ਸੱਚ ਭਰ ਚੁੱਕੇ ਜੇਲ੍ਹ ਇੱਥੇ ਸਾਰੇ ਖਰਚਾ ਖਰਚ ਨਸ਼ਾ ਸਾਡੇ ਹੱਡਾਂ ਵਿੱਚ ਏਦਾਂ ਗਿਆ ਰੱਚ ਕੋਈ ਸੱਕਿਆ ਨੀ ਬਚ ਰਹੀ ਅੱਗ ਇੱਥੇ ਮੱਚ ਜਿਵੇਂ ਕੋਈ ਤਵੈਫ ਰਹੀ ਕੋਠੀਆਂ ਤੇ ਨੱਚ ਨਸ਼ੇ ਤੋਂ ਬਗੈਰ ਆਉਣ ਲੱਗੇ ਗੁੱਸਾ ਤੇ ਚੜ ਜੇ ਕਰੋਧ ਕਰੋ ਨਸ਼ੇ ਦਾ ਵਿਰੋਧ ਇਹ ਹੈ ਬੜਾ ਭੈਣ ਕਿਉਂਕਿ ਕਰਦੇ ਆ ਮੈਂ ਸਿੱਧਾ ਕਦੇ ਸੀ ਹੁੰਦਾ ਗੋੜ ਪਰ ਅੱਜ ਨਸ਼ਾ ਮਿੱਠਾ